ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਰਿਲੀਜੀਅਸ ਸੈਗਮੈਂਟ ਵਿੱਚ। ਅਸੀਂ ਤੁਹਾਡੇ ਨਾਲ ਪਿਛਲੇ ਕਈ ਮਹੀਨਿਆਂ ਤੋਂ ਸਾਂਝ ਪਾ ਰਹੇ ਹਾਂ ਸਾਡੇ ਗੁਰੂ ਸਾਹਿਬਾਨ ਦੇ ਜੀਵਨ ਵਿੱਚੋਂ ਅਸੀਂ ਕੀ ਕੁਝ ਸਿੱਖ ਸਕਦੇ ਹਾਂ, ਜਿਸ ਵਿੱਚ ਕਿ ਫੋਕਸ ਕੀਤਾ ਜਾ ਰਿਹਾ ਸੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਦੇ ਉੱਤੇ। ਉਹਨਾਂ ਵੱਲੋਂ ਜੋ ਕੁਝ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਗਿਆ, ਕਈ ਥਾਵਾਂ ਦੇ ਉੱਤੇ ਇਕੁਐਲਿਟੀ ਦੀ ਜਿਹੜੀ ਅਸੀਂ ਗੱਲ ਕੀਤੀ ਜਾਂ ਕਿਵੇਂ ਆਪਣੀ ਸੋਚ ਵਿੱਚੋਂ ਤਬਦੀਲੀ ਲਿਆਉਣੀ, ਉਸ ਬਾਰੇ ਗਿਆਨੀ ਸਵਰਨ ਸਿੰਘ ਜੀ ਜਿਹੜੇ ਕਿ ਪੰਥ ਦੇ ਪ੍ਰਸਿੱਧ ਕਥਾਵਾਚਕ ਨੇ ਅਤੇ ਪ੍ਰੀਚਰ ਨੇ ਇੱਥੇ ਆ ਕੇ ਸਾਡੇ ਨਾਲ ਸਾਂਝ ਪਾ ਰਹੇ ਨੇ। ਸਾਨੂੰ ਬੜਾ ਮਾਣ ਹੈ ਕਿ ਇਹ ਸਾਰੇ ਇਸ਼ੂ ਦੇ ਉੱਤੇ ਅਸੀਂ ਜੋ ਵਿਸਥਾਰ ਵਿੱਚ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ, ਉਸ ਦਾ ਜੋ ਰਿਸਪੋਂਸ ਤੁਹਾਡੇ ਵੱਲੋਂ ਆ ਰਿਹਾ ਹੈ, ਬਹੁਤ ਧੰਨਵਾਦ ਤੁਹਾਡਾ ਕਿ ਤੁਹਾਨੂੰ ਇਹ ਪਸੰਦ ਆ ਰਿਹਾ। ਪਰ ਨਾਲ ਗਿਆਨੀ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਿ ਉਹ ਮਿਹਨਤ ਕਰਕੇ ਇੱਥੇ ਆ ਕੇ ਤੁਹਾਡੇ ਨਾਲ ਸਾਂਝ ਪਾ ਰਹੇ ਨੇ। ਸੋ ਆਓ ਇਸੀ ਸਫ਼ਰ ਨੂੰ ਅੱਗੇ ਤੋਰਦੇ ਹਾਂ ਅਤੇ ਤੁਹਾਨੂੰ ਮੁੜ ਤੋਂ ਜੋੜਦੇ ਹਾਂ ਗੁਰੂ ਅਰਜਨ ਦੇਵ ਜੀ ਦੇ ਜੀਵਨ ਵਿੱਚੋਂ ਹੋਰ ਕੀ ਕੁਝ ਸਿੱਖਿਆ ਜਾ ਸਕਦਾ ਹੈ, ਉਹਨਾਂ ਦੀ ਕੀ ਦੇਣ ਹੈ। ਗਿਆਨੀ ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗਿਆਨੀ ਜੀ, ਸਫ਼ਰ ਵਿੱਚ ਜਿਸ ਤਰ੍ਹਾਂ ਲਾਸਟ ਟਾਈਮ ਤੁਸੀਂ ਗੱਲ ਕੀਤੀ ਸੀ ਕਿ ਗੁਰੂ ਸਾਹਿਬ ਦਾ ਜੀਵਨ ਜੋ ਹੈ ਇੱਕ ਮਿਸਾਲ ਹੈ ਜਿਸ ਵਿੱਚ ਕੋਈ ਸਾਨੂੰ ਸਿੱਖਣ ਦੀ ਲੋੜ ਹੈ, ਅਤੇ ਅਫਸੋਸ ਇਹ ਕਿ ਅਸੀਂ ਉਹ ਚੀਜ਼ਾਂ ਨੂੰ ਸਮਝ ਨਹੀਂ ਸਕ ਰਹੇ। ਅਸੀਂ ਸਾਡੇ ਕੋਲ ਖਜ਼ਾਨਾ ਪਿਆ ਹੋਇਆ ਪਰ ਉਸ ਖਜ਼ਾਨੇ ਨੂੰ ਅਸੀਂ ਕਹਿ ਤਾਂ ਰਹੇ ਸਾਡੇ ਕੋਲ ਖਜ਼ਾਨਾ ਹੈ ਪਰ ਉਸਦੇ ਅੰਦਰ ਕੀ ਹੈ ਅਸੀਂ ਉਸ ਪਾਸੇ ਧਿਆਨ ਨਹੀਂ ਦੇ ਰਹੇ। ਜਦਕਿ ਗੁਰੂ ਸਾਹਿਬ ਨੇ ਉਸ ਸਮੇਂ ਹਕੂਮਤ ਦੇ ਖਿਲਾਫ਼, ਉਸ ਸਮੇਂ ਸਿਸਟਮ ਦੇ ਖਿਲਾਫ਼ ਆਵਾਜ਼ ਬੁਲੰਦ ਕੀਤੀ, ਪਰ ਅੱਜ ਸਾਨੂੰ ਕੋਈ ਡਰ ਨਹੀਂ ਹੈਗਾ, ਅੱਜ ਸਾਡੇ 'ਤੇ ਕੋਈ ਬੰਦਿਸ਼ ਨਹੀਂ ਹੈਗੀ। ਪਰ ਉਸਦੇ ਬਾਵਜੂਦ ਅਸੀਂ ਬਹਾਨੇ ਲੱਭ ਕੇ ਅਸੀਂ ਉਹ ਚੀਜ਼ਾਂ ਨੂੰ ਫੋਲੋ ਨਹੀਂ ਕਰ ਰਹੇ ਜੋ ਗੁਰੂ ਸਾਹਿਬ ਨੇ ਸਾਨੂੰ ਕਿਹਾ ਹੈ। ਸੋ ਮੇਰਾ ਸਵਾਲ ਸੀ ਤੁਹਾਨੂੰ ਲਾਸਟ ਟਾਈਮ ਜੋ ਤੁਸੀਂ ਗੱਲ ਕਰ ਰਹੇ ਸੀ ਕਿ ਤੁਸੀਂ ਐਕਸਪੀਰੀਅੰਸ ਤੁਹਾਡਾ 5 ਦਹਾਕਿਆਂ ਦਾ ਹੈ, ਤੁਸੀਂ ਦੇਖ ਰਹੇ ਹੋ ਪ੍ਰਚਾਰ ਬਹੁਤ ਪਹਿਲੇ ਨਾਲੋਂ ਵੱਧ ਗਿਆ ਹੈਗਾ, ਪ੍ਰਚਾਰ ਦੀ ਕੋਈ ਘਾਟ ਨਹੀਂ ਹੈਗੀ, ਪਰ ਘਾਟ ਜਿੱਥੇ ਨਜ਼ਰ ਆ ਰਹੀ ਹੈ ਉੱਥੇ ਕਿਵੇਂ ਉਹ ਲੋਕਾਂ ਦੇ ਵੱਲੋਂ ਇੱਕ ਚੇਂਜ ਲਿਆਂਦਾ ਜਾਵੇ? ਕਿਉਂਕਿ ਤੁਸੀਂ ਤਾਂ ਪ੍ਰਚਾਰ ਹੀ ਕਰ ਸਕਦੇ ਹੋ, ਕਹਿ ਹੀ ਸਕਦੇ ਹੋ, ਪਰ ਕਿਸੇ ਨੂੰ ਆਪ ਨਹੀਂ ਜ਼ਬਰਦਸਤੀ ਕਰਵਾ ਸਕਦੇ, ਕਿਉਂਕਿ ਆਪੇ ਹੀ ਆਪਣਾ ਹੱਥੀ ਕਾਰ ਸਵਾਰੀ ਤੁਸੀਂ ਜੋ ਕਿਹਾ ਸੀ ਬਾਣੀ 'ਚ ਵੀ ਉਪਦੇਸ਼ ਸਾਨੂੰ ਮਿਲਦਾ ਹੈ। ਸੋ ਕਿੱਥੋਂ ਸ਼ੁਰੂਆਤ ਕੀਤੀ ਜਾਏ, ਕੀ ਪ੍ਰੋਬਲਮ ਕਿੱਥੇ ਆ ਰਹੀ ਹੈ? ਦਾਨੀ ਵੀ ਅਸੀਂ ਬਹੁਤ ਹਾਂ, ਅਸੀਂ ਇੱਕ ਦੂਸਰੇ ਨਾਲ ਪਿਆਰ ਮੁਹੱਬਤ ਵੀ ਬਹੁਤ ਕਰਦੇ ਹਾਂ, ਕਿੱਥੇ ਕੋਈ ਆਫਤ ਆ ਜਾਏ ਅਸੀਂ ਪਿੱਛੇ ਨਹੀਂ ਹਟਦੇ, ਲੇਕਿਨ ਕਿੱਥੇ ਤੁਹਾਨੂੰ ਨਜ਼ਰ ਆ ਰਿਹਾ ਕਿ ਕੰਮ ਕਰਨ ਦੀ ਲੋੜ ਹੈ, ਕਿ ਕਿੱਥੋਂ ਉਹ ਗੈਪ ਜਿਹੜਾ ਉਸਨੂੰ ਖਤਮ ਕੀਤਾ ਜਾਏ ਅਤੇ ਸ਼ੁਰੂਆਤ ਕੀਤੀ ਜਾਏ? ਪਦਾਰਥਵਾਦ ਇੱਕ ਬੜੀ ਵੱਡੀ ਸ਼ਕਤੀ ਹੈ, ਔਰ ਇਹ ਸ਼ਕਤੀ ਇੱਕ ਮਾਇਆ ਦੀ ਕ੍ਰੀਏਸ਼ਨ ਹੈ। ਰਾਈਟ। ਜਿਸ ਮਾਇਆ ਦੇ ਬਾਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਹੁਤ ਵਾਰੀ ਮਨੁੱਖ ਨੂੰ ਵਾਰਨਿੰਗ ਦਿੱਤੀ ਹੈ, ਲੇਕਿਨ ਇਸ ਵਾਰਨਿੰਗ ਦੇ ਬਾਵਜੂਦ ਵੀ ਜੇ ਰੱਤੀ ਭਰ ਵੀ ਤੁਸੀਂ ਇਸ ਰੱਬੀ ਤਾਕਤ ਤੋਂ ਪਰੇ ਹੋ ਜਾਓ ਤਾਂ ਇੱਕਦਮ ਤੁਹਾਡੇ ਉੱਤੇ ਮਾਇਆ ਜਿਹੜੀ ਆ ਤੁਹਾਨੂੰ ਸੀਜ਼ ਕਰ ਲੈਂਦੀ ਹੈ। ਵੈਨ ਯੂਅਰ ਮਾਇੰਡ ਇਜ਼ ਨਾਟ ਅਟੈਚਡ ਵਿਦ ਦ ਪਾਵਰ ਆਫ ਵਾਹਿਗੁਰੂ, ਰਾਈਟ, ਵਿਦ ਇਨ ਫਿਊ ਸੈਕਿੰਡਸ ਯੂਅਰ ਮਾਇੰਡ ਵਿਲ ਬੀ ਪੋਲੂਟਡ ਵਿਦ ਦ ਪਾਵਰ ਆਫ ਮਟੀਰੀਅਲਿਸਟਿਕ ਲਾਈਫ। ਠੀਕ। ਪਦਾਰਥਾਂ ਦੇ ਯੁੱਗ ਵਿੱਚ ਮਨੁੱਖ ਆਪਣੀਆਂ ਪਦਾਰਥਕ ਲੋੜਾਂ ਪੂਰੀਆਂ ਕਰਨ ਵਾਸਤੇ ਭੱਜਾ ਫਿਰਦਾ। ਠੀਕ। ਔਰ ਪਦਾਰਥਕ ਲੋੜਾਂ ਪੂਰੀਆਂ ਕਰਨ ਵਾਸਤੇ ਹੀ ਉਹ ਮਜ਼ਹਬ ਨੂੰ ਅਖਤਿਆਰ ਕਰਦਾ ਕਿ ਮੇਰੀ ਪਦਾਰਥ ਫਰਜ਼ ਕੀਤਾ। ਕਿਸੇ ਨੇ ਆਖਿਆ ਕਿ ਤੁਹਾਡੇ ਘਰ ਕੇ ਪੁੱਤਰ ਨਹੀਂ ਹੁੰਦਾ, ਤੁਸੀਂ ਅੰਮ੍ਰਿਤ ਛਕ ਲਓ। ਰਾਈਟ। ਬੰਦੇ ਅੰਮ੍ਰਿਤ ਛਕ ਲੈਂਦੇ ਆ। ਰਾਈਟ। ਅੰਮ੍ਰਿਤ ਕਾਹਦੇ ਛਕਿਆ? ਬਸ ਸਾਨੂੰ ਕਿਸੇ ਬਾਬਾ ਜੀ ਨੇ ਦੱਸਿਆ ਸੀਗਾ ਕਿ ਤੁਹਾਡੇ ਘਰ ਪੁੱਤਰ ਨਹੀਂ ਜੰਮਦਾ, ਤੁਸੀਂ ਅੰਮ੍ਰਿਤ ਛਕ ਲਓ। ਅੰਮ੍ਰਿਤ ਛਕਣ ਦਾ ਮਤਲਬ ਜਿਹੜਾ ਹੈ ਉਹ ਸਿਰਫ ਇੱਕ ਸੰਸਾਰੀ ਪਦਾਰਥ ਪ੍ਰਾਪਤ ਕਰਨ ਲਈ ਆ। ਇਸੇ ਤਰੀਕੇ ਦੇ ਨਾਲ ਤੁਹਾਡੇ ਘਰ ਵਿੱਚ ਗਹਿਮਾ ਗਹਿਮੀ ਨਹੀਂ, ਧਨ ਦੌਲਤ ਨਹੀਂ ਆ ਰਿਹਾ ਜੀ, ਤਾਂ ਤੁਸੀਂ ਅਖੰਡ ਪਾਠ ਰਖਾ ਲਓ। ਠੀਕ। ਅਸੀਂ ਉਹਦੇ ਪਰਪਸ ਵਾਸਤੇ ਅਖੰਡ ਪਾਠ ਰਖਾਉਂਦੇ ਹਾਂ ਕਿ ਸਾਨੂੰ ਅਖੰਡ ਪਾਠ ਕਰਨ ਦੇ ਨਾਲ ਸਾਨੂੰ ਦੁਨਿਆਵੀ ਪਦਾਰਥ ਪ੍ਰਾਪਤ ਹੋਣਗੇ। ਅੱਛਾ, ਫਿਰ ਇਸੇ ਤਰੀਕੇ ਦੇ ਨਾਲ ਇਹ ਆ ਕਿ ਤੁਸੀਂ ਘਰ ਲੈ ਲਿਆ, ਅਖੰਡ ਪਾਠ ਕਰਾ ਲਿਆ ਜੀ, ਨਵੀਂ ਕਾਰ ਲੈ ਲਈ, ਅਰਦਾਸ ਕਰਾ ਲਈ, ਮੁੰਡਾ ਜੰਮ ਪਿਆ, ਅਰਦਾਸ ਕਰਾ ਲਈ ਜੀ, ਇੰਡੀਆ ਤੋਂ ਕੈਨੇਡਾ ਤੁਹਾਡਾ ਪਰਿਵਾਰ ਪਹੁੰਚ ਗਿਆ, ਅਖੰਡ ਪਾਠ ਕਰਾ ਲਿਆ ਜਾਂ ਅਰਦਾਸ ਕਰਾ ਲਈ। ਮਤਲਬ ਅਸੀਂ ਫਿਰ ਧਰਮ ਨੂੰ ਇੱਕ ਦੁਨਿਆਵੀ ਕੰਮਾਂ ਲਈ ਵਰਤਦੇ ਹਾਂ। ਰਾਈਟ। ਜਦੋਂ ਤੁਸੀਂ ਧਰਮ ਨੂੰ ਦੁਨਿਆਵੀ ਕੰਮਾਂ ਲਈ ਵਰਤੋਗੇ ਇਹਨੂੰ ਕਿ ਉਸ ਵੇਲੇ ਤੁਸੀਂ ਕਰਮ ਕਾਂਡਾਂ 'ਚ ਫਸੋਗੇ, ਰਿਚੁਅਲ ਵਿੱਚ ਫਸ ਜਾਓਗੇ, ਤੁਹਾਡਾ ਇੱਦਾਂ ਕੰਮ ਪੂਰਾ ਹੋਵੇਗਾ, ਇਸ ਤਰ੍ਹਾਂ ਪੂਰੇ ਹੋਏਗਾ, ਫਿਰ ਇਹ ਬ੍ਰਾਹਮਣਵਾਦ ਤੋਂ ਘੱਟ ਨਹੀਂ। ਠੀਕ, ਬਿਲਕੁਲ। ਔਰ ਸਾਡੇ ਹਿੰਦੁਸਤਾਨ ਜਿਹੜੇ ਲੋਕ ਨੇ, ਭਾਰਤੀ ਲੋਕ, ਇਸ ਪਰੰਪਰਾ ਨੂੰ ਆਪਣੇ ਘਰਾਂ ਵਿੱਚ ਇੱਕ ਧਰਮ ਦਾ ਹਿੱਸਾ ਸਮਝਦੇ ਆ। ਬਿਲਕੁਲ। ਲੇਕਿਨ ਧਰਮ ਜਿਹੜਾ ਸੀ, ਸਗਲ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ ਜੀ, ਸਰਵ ਧਰਮ ਹੈ ਸ੍ਰੇਸ਼ਟ ਧਰਮ। ਠੀਕ। ਅੱਛਾ, ਫਿਰ ਜਿਹੜਾ ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਮਨ ਪਾਕੀ ਪਾਏ। ਠੀਕ। ਹੁਣ ਜਿਹੜਾ ਸੰਤ ਦਾ ਰਸਤਾ ਹੈ ਉਹ ਧਰਮ ਦਾ ਮਾਰਗ ਹੈ, ਅਤੇ
ਧਰਮ ਦੇ ਮਾਰਗ ਦੀ ਅਗਰ ਅਸੀਂ ਕਿਤੇ ਨੂੰ ਕਿਤੇ ਵਿਸ਼ਲੇਸ਼ਣ ਕਰਨਾ ਹੋਵੇ ਤਾਂ ਆਪਣੇ ਗੁਰੂਆਂ ਦੀ ਜਿਹੜੀ ਯਾਤਰਾ ਪੜ੍ਹੋ, ਉਹ ਅਸਲੀ ਧਰਮ ਦਾ ਮਾਰਗ ਸੀ। ਉਸ ਧਰਮ ਦੇ ਮਾਰਗ ਵਿੱਚ ਕੀ ਸੀ? ਇੱਕ ਤਾਂ ਅਸੀਂ ਸੱਚ ਨੂੰ ਅਪਣਾਓ, ਠੀਕ, ਇੱਕ ਆਪਣੇ ਅੰਦਰ ਸਬਰ ਪੈਦਾ ਕਰੋ, ਇੱਕ ਮਨੁੱਖਤਾ ਦੇ ਭਲੇ ਲਈ ਦਇਆ ਪ੍ਰਾਪਤ ਕਰੋ, ਠੀਕ, ਪੈਦਾ ਕਰੋ, ਇੱਕ ਮਨੁੱਖਤਾ ਨੂੰ ਪਿਆਰ ਕਰਨ ਲਈ ਆਪਣੇ ਅੰਦਰ ਪ੍ਰੇਮ ਜਿਤਾਓ, ਰਾਈਟ, ਇੱਕ ਲੋਕਾਂ ਦੇ ਅੰਦਰ ਆਪਣੇ ਅੰਦਰ ਖਿਮਾ ਦੀ ਸ਼ਕਤੀ ਪੈਦਾ ਕਰੋ। ਸੋ ਵੀਰ ਜੀ, ਜਦੋਂ ਅਸੀਂ ਧਰਮ ਦੇ ਗੁਣ ਵੇਖਦੇ ਹਾਂ ਔਰ ਉਸ ਗੁਣਾਂ ਨੂੰ ਗ੍ਰਹਿਣ ਕਰਦੇ ਹਾਂ ਤਾਂ ਫਿਰ ਸਾਡੇ ਅੰਦਰ ਰੂਹਾਨੀ ਗਿਆਨ ਪ੍ਰਾਪਤ ਹੋ ਜਾਂਦਾ, ਠੀਕ। ਉਹ ਰੂਹਾਨੀ ਗਿਆਨ ਪ੍ਰਾਪਤ ਕਰਨ ਲਈ ਤੁਹਾਨੂੰ ਇਸੇ ਜਨਮ ਦੇ ਵਿੱਚ ਤੁਹਾਨੂੰ ਇੱਕ ਆਨੰਦ ਅਤੇ ਇੱਕ ਮਾਨਸਿਕ ਤੌਰ 'ਤੇ ਸ਼ਾਂਤੀ ਮਿਲਦੀ ਆ। ਲੇਕਿਨ ਪਦਾਰਥਾਂ ਦੇ ਯੁੱਗ ਵਿੱਚ ਜਿਹੜੇ ਕਰਮ ਕਰਨ ਵਾਲੇ ਨੇ ਉਹ ਤੁਹਾਨੂੰ ਇਸ ਜ਼ਿੰਦਗੀ ਵਿੱਚ ਆਨੰਦ ਨਹੀਂ ਲੈਣ ਦੀ ਗਰੰਟੀ ਕਰਦੇ, ਉਹ ਅਗਲੇ ਜਨਮ ਦੀ ਕਰਦੇ, ਰਾਈਟ। ਹੁਣ ਜਿੰਨੇ ਅਗਲੇ ਜਨਮ ਦਾ ਫਿਕਰ ਸਾਡੇ ਹਿੰਦੁਸਤਾਨੀਆਂ ਨੂੰ ਆ, ਮੇਰੇ ਖਿਆਲ 'ਚ ਇਹਨਾਂ ਦੇਸ਼ਾਂ 'ਚ ਫਿਕਰ ਇੰਨਾ ਨਹੀਂ ਹੈਗਾ ਅਗਲੇ ਜਨਮ ਦੇ ਬਾਰੇ। ਹੁਣ ਅਗਲੇ ਜਨਮ ਦੇ ਵਾਸਤੇ ਤਿਆਰੀ ਕਰਨ ਵਾਸਤੇ ਤੁਸੀਂ ਕਿੰਨਾ ਕੁਛ ਕਰਦੇ ਹੋ, ਮਾਫ਼ ਕਰਨਾ, ਤੁਸੀਂ ਬਿਲਕੁਲ ਧਰਮ ਤੋਂ ਪਰੇ ਹੋ ਜਾਂਦੇ ਹੋ, ਰਾਈਟ। ਸਤਿਗੁਰ ਨੇ ਉਹਦੇ ਵਾਸਤੇ ਵਾਰਨਿੰਗ ਦਿੱਤੀ ਹੈ, ਕਹਿੰਦੇ ਕਰਮ ਧਰਮ ਪਾਖੰਡ ਜੋ ਦਿਸੇ ਤਿੰਨ ਜਮ ਜਾ ਗਾਤੀ ਲੁੱਟੇ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਤ ਜਿਤ ਛੁੱਟੇ, ਠੀਕ। ਸੰਤੋ ਸਾਗਰ ਪਾਰ ਉਤਰੀਏ, ਦਿਸ ਇਜ਼ ਦ ਮਿਸ਼ਨ, ਸੰਤੋ ਸਾਗਰ ਪਾਰ ਉਤਰੀਏ, ਇਸ ਪਦਾਰਥ ਬਾਤ ਇਸ ਮਾਇਆ ਦੇ ਸਾਗਰ ਤੋਂ ਉੱਪਰ ਉੱਠ ਜਾਓ, ਸਾਗਰ ਪਾਰ ਉਤਰੀਏ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰਪ੍ਰਸਾਦੀ ਤਰੀਏ, ਇਸ ਸਾਗਰ ਤੋਂ ਉਹ ਹੀ ਤਰੇਗਾ ਜਿਹੜੇ ਗੁਰੂ ਦੇ ਬਚਨਾਂ ਨੂੰ ਸੁਣ ਕੇ ਉੱਤੇ ਅਮਲ ਕਰੇਗਾ, ਰਾਈਟ। ਪਰ ਤੁਸੀਂ ਦੇਖਣਾ ਕਿ ਕੀ ਚਾਹੁੰਦੇ ਸਾਗਰ ਤੋਂ ਪਾਰ ਹੋਣ, ਕੀ ਤੁਹਾਨੂੰ ਸਾਗਰ ਦਾ ਗਿਆਨ ਹੈ, ਰਾਈਟ, ਕੀ ਤੁਸੀਂ ਇਸ ਸਾਗਰ ਨੂੰ ਆਪਣੇ ਜ਼ਿੰਦਗੀ ਦਾ ਇੱਕ ਹਿੱਸਾ ਸਮਝ ਕੇ ਇਸ ਤੋਂ ਪਾਰ ਹੋਣ ਲਈ ਕਦੀ ਸੋਚਿਆ, ਰਾਈਟ। ਜਦੋਂ ਅਸੀਂ ਸੋਚਾਂਗੇ ਉਹ ਅਸੀਂ ਤਾਂ ਸੋਚਾਂਗੇ ਜੇ ਗਿਆਨ ਸਾਡੇ ਵਿੱਚ ਆਏਗਾ, ਬਿਲਕੁਲ, ਤਾਂ ਫਿਰ ਸਾਗਰ ਤੋਂ ਪਾਰ ਹੋਣ ਲਈ ਸਾਨੂੰ ਕੋਈ ਉਪਰਾਲਾ ਕਰਨਾ ਪਏਗਾ। ਹੁਣ ਉਪਰਾਲੇ ਵਿੱਚੋਂ ਜਿਹੜੇ ਛੜੇ ਕਹਿ ਲਓ ਕਿ ਲਗਾਤਾਰ ਵਿਚਾਰ ਨੇ, ਉਹ ਹੈ ਕਿ ਇਹ ਮਨੁੱਖ ਸਭ ਤੋਂ ਪਹਿਲਾਂ ਤਾਂ ਤੂੰ ਆਪਣੇ ਆਪ ਨੂੰ ਸਮਝ ਕਿ ਤੂੰ ਕੌਣ ਹੈ। ਮੈਂ ਫਿਰ ਤੁਹਾਡੇ ਸਵਾਲਾਂ ਦਾ ਜਵਾਬ ਦੇ ਰਿਹਾ, ਰਾਈਟ, ਬਿਲਕੁਲ, ਆਪਣੇ ਆਪ ਨੂੰ ਸਮਝ ਤੂੰ ਕੌਣ ਹੈ, ਬਿਲਕੁਲ। ਜਿਤਨੀ ਦੇਰ ਤੱਕ ਵੀਰ ਜੀ ਮੈਂ ਸਮਝਾਂਗਾ ਕਿ ਮੈਂ ਹਰਪ੍ਰੀਤ ਸਿੰਘ ਹਾਂ, ਠੀਕ, ਮੈਂ ਸਵਰਨ ਸਿੰਘ ਹਾਂ, ਮੇਰਾ ਪਾਰ ਤਾਰਾ ਨਹੀਂ ਹੋਏਗਾ। ਮੈਂ ਜਦੋਂ ਇਹ ਸਮਝਾਂਗਾ ਕਿ ਮੈਂ ਤਾਂ ਇੱਕ ਮੰਤੂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਫਿਰ ਮੈਂ ਆਪਣਾ ਮੂਲ ਪਛਾਣਾਂਗਾ ਕਿ ਮੈਂ ਜੋ ਕੁਝ ਦਿਸਦਾ ਉਹ ਨਹੀਂ ਹਾਂ, ਜੋ ਕੁਝ ਨਹੀਂ ਦਿਸਦਾ ਉਹ ਮੈਂ ਹਾਂ, ਰਾਈਟ। ਫਿਰ ਤੁਸੀਂ ਆਖੋਗੇ ਕਿ ਮੈਂ ਰੱਬ ਦਾ ਹੀ ਇੱਕ ਹਿੱਸਾ। ਜਦੋਂ ਇਸ ਤਰ੍ਹਾਂ ਸਮਝਾਂਗੇ ਤਾਂ ਫਿਰ ਸਾਡੇ ਮਨ ਵਿੱਚ ਇੱਕ ਉਤਸ਼ਾਹ ਪੈਦਾ ਹੋਵੇਗਾ ਕਿ ਇਸ ਮਨੁੱਖਾਂ ਜਨਮ ਦੇ ਵਿੱਚ ਆਪਣੇ ਜੀਵਨ ਦਾ ਪਾਰ ਉਤਾਰਾ ਕਰਨ ਲਈ। ਸੋ ਇਸ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਨੇ ਜਿਹੜਾ ਸਾਡੇ ਮਨੁੱਖਤਾ ਦੇ ਭਲੇ ਲਈ ਇੱਕ ਐਸਾ ਗਿਆਨ ਦਾ ਸਮੁੰਦਰ ਇਕੱਤਰ ਕੀਤਾ ਜਿਹੜਾ ਗੁਰਬਾਣੀ ਦੇ ਰੂਪ ਵਿੱਚ ਪਹਿਲੇ ਗੁਰੂ ਸਾਹਿਬਾਨ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਰਾਮਦਾਸ ਜੀ ਤੱਕ ਜਿਹੜਾ ਉਸ ਵੇਲੇ ਦੀ ਪੋਥੀ ਤੁਰੀ ਆਉਂਦੀ ਸੀ ਜਿਹੜੀ ਗੁਰੂ ਅਰਜਨ ਦੇਵ ਜੀ ਦੇ ਪਾਸ ਵੀ ਸੀ, ਉਹਨਾਂ ਨੇ ਇੱਕ ਉਪਰਾਲਾ ਬਹੁਤ ਵੱਡਾ ਕੀਤਾ। ਗੁਰੂ ਦੇ ਸਿੱਖੋ ਸਮਝੋ ਕਿ ਉਹ ਉਪਰਾਲਾ ਕਿਤਨਾ ਮੁਸ਼ਕਲ ਸੀ ਔਰ ਕਿਤਨਾ ਜ਼ਰੂਰੀ ਸੀ, ਰਾਈਟ। ਹੁਣ ਮੁਸ਼ਕਲ ਅਤੇ ਜ਼ਰੂਰੀ ਦੋ ਗੱਲਾਂ ਨੇ, ਕਈ ਲੋਕ ਮੁਸ਼ਕਲ ਨੂੰ ਦੇਖਦਿਆਂ ਹੋਏ ਜ਼ਰੂਰੀ ਕੰਮ ਛੱਡ ਦਿੰਦੇ ਨੇ ਜੀ, ਕਈ ਲੋਕ ਮੁਸ਼ਕਲ ਦੀ ਨਾ ਪ੍ਰਵਾਹ ਕਰਦੇ ਹੋਏ ਜ਼ਰੂਰੀ ਕੰਮ ਪਹਿਲ 'ਤੇ ਕਰਦੇ ਨੇ। ਧੰਨ ਗੁਰੂ ਅਰਜਨ ਦੇਵ ਜੀ ਨੇ ਜਦੋਂ ਵੇਖਿਆ ਕਿ ਬਾਹਰ ਖਬਰਾਂ ਆ ਰਹੀਆਂ ਸੀ ਕਿ ਪ੍ਰਿਥੀ ਚੰਦ ਨੇ ਇੱਕ ਆਖਰੀ ਦਾਅ ਲਾਇਆ ਸੀ ਕਿ ਮੇਰੇ ਪੁੱਤਰ ਨੂੰ ਮਿਹਰਬਾਨ ਨੂੰ ਕਿਹਾ ਕਿ ਤੂੰ ਵੀ ਬਾਣੀ ਰਚਨੀ ਸ਼ੁਰੂ ਕਰ ਦੇ, ਤੂੰ ਆਪਣੇ ਆਪ ਨੂੰ ਛੇਵਾਂ ਗੁਰੂ ਲਿਖਣਾ ਸ਼ੁਰੂ ਕਰ ਦੇ। ਉਹਨੇ ਛੇਵਾਂ ਗੁਰੂ ਲਿਖਣਾ ਸ਼ੁਰੂ ਕਰਤਾ, ਛੇਵੇਂ ਗੁਰੂ ਦੇ ਹੇਠ ਲਿਖ ਕੇ ਉਹਨੇ ਨਾਨਕ ਦਾ ਸ਼ਬਦ ਵਰਤਣਾ ਸ਼ੁਰੂ ਕਰਤਾ। ਉਹਨੇ ਆਪਣੀ ਬਾਣੀ ਜਿਹੜੀ ਸੀ ਨਾ, ਜਿਹੜੀ ਆਪਾਂ ਕਹਿ ਸਕਦੇ ਹਾਂ ਝੂਠੀ ਬਾਣੀ, ਰਚਨੀ ਸ਼ੁਰੂ ਕਰ ਦਿੱਤੀ ਤਾਂ ਕਿ ਸੰਗਤਾਂ ਜਿਹੜੀਆਂ ਹੈਗੀਆਂ ਨਾ ਉਹ ਕਨਫਿਊਜ਼ ਹੋ ਜਾਣ ਕਿ ਸੱਚੀ ਬਾਣੀ ਕਿਹੜੀ ਹੈ, ਸਹੀ ਬਾਣੀ ਗੁਰੂਆਂ ਦੀ ਕਿਹੜੀ ਹੈ ਅਤੇ ਬਨਾਵਟੀ ਕਿਹੜੀ ਹੈ। ਹੁਣ ਬਨਾਵਟੀ ਦਾ ਅਤੇ ਸੱਚ ਦਾ
ਨਿਸਤਾਰਾ ਕਰਨ ਲਈ ਜਦੋਂ ਸੰਗਤਾਂ ਨੇ ਸਤਿਗੁਰੂ ਜੀ ਨੂੰ ਆ ਕੇ ਸਾਰੇ ਇਹ ਖਬਰਾਂ ਦਿੱਤੀਆਂ ਤੇ ਉਹਨਾਂ ਨੇ ਇੱਕ ਸਭ ਤੋਂ ਵੱਡਾ ਇੱਕ ਸਾਡੀ ਕੌਮ 'ਤੇ ਵਸਾਨ ਕੀਤਾ ਤਾਂ ਕਿ ਆਉਣ ਵਾਲੀ ਕੌਮ ਕਿਤੇ ਬਲੈਕਮੇਲ ਨਾ ਹੋ ਜਾਏ। ਰਾਈਟ, ਇਸ ਚੀਜ਼ ਨੂੰ ਸਮਝਿਆ ਕਿੱਡੀ ਦੂਰ ਦੀ ਸੋਚੀ। ਔਰ ਫਿਰ ਇਹ ਤਾਂ ਪਲੈਨ ਹੀ ਸੀ ਨਾ ਕਿ ਬਾਡੀ ਇਜ਼ ਨਾਟ ਗੁਰੂ ਬਟ ਨੌਲੇਜ ਇਜ਼ ਦਾ ਗੁਰੂ। ਰਾਈਟ, ਇਸ ਨੂੰ ਪ੍ਰੈਕਟੀਕਲੀ ਕਰਨ ਵਾਸਤੇ ਇਹ ਵੀ ਇੱਕ ਬਹੁਤ ਵੱਡਾ ਇਮਤਿਹਾਨ ਸੀ। ਠੀਕ, ਸਤਿਗੁਰੂ ਜੀ ਨੇ ਇਹਦੇ ਵਾਸਤੇ ਇੱਕ ਜਗ੍ਹਾ ਪਾਲੀ ਜਿਸ ਨੂੰ ਅੱਜ ਕੱਲ੍ਹ ਰਾਮਸਰ ਕਹਿੰਦੇ ਨੇ। ਠੀਕ, ਉਸ ਰਾਮਸਰ ਦੇ ਵਿੱਚ ਉਸ ਵੇਲੇ ਬੇਰੀਆਂ ਦੇ ਦਰਖਤ, ਪਿੱਪਲਾਂ ਦੇ ਦਰਖਤ, ਬੋਹੜਾਂ ਦੇ ਦਰਖਤ, ਬਹੁਤ ਆਲੇ ਦੁਆਲੇ ਕੁਦਰਤ ਦਾ ਨਜ਼ਾਰਾ ਸੀ ਔਰ ਉੱਥੇ ਪਾਣੀ ਵੀ ਸੀ। ਠੀਕ, ਜਿਸ ਤਰ੍ਹਾਂ ਆਪਾਂ ਦਰਬਾਰ ਸਾਹਿਬ 'ਚ ਦੇਖਦੇ ਹਾਂ ਜਦੋਂ ਅੰਮ੍ਰਿਤਸਰ ਜਾਂਦੇ ਹਾਂ ਤਾਂ ਉੱਥੇ ਸਾਡੇ ਪੰਜ ਸਰੋਵਰ ਨੇ ਜੀ, ਉਹਦੇ ਬਾਰੇ ਵੀ ਸਿੱਖਾਂ ਨੂੰ ਜਾਣਕਾਰੀ ਹੋਣੀ ਚਾਹੀਦੀ। ਪੰਜ ਸਰੋਵਰਾਂ ਦੇ ਨਾਂ ਕੀ ਨੇ? ਬਿਲਕੁਲ ਜੀ, ਉਹ ਸਰੋਵਰਾਂ ਦੀ ਕੀ ਮਹੱਤਤਾ ਹੈ ਅਤੇ ਕਿਉਂ ਗੁਰੂ ਸਾਹਿਬ ਨੇ ਬਣਾਏ ਸੀ ਅਤੇ ਉਹਨਾਂ ਦੇ ਨਾਂ ਵੀ ਜਿਹੜੇ ਨੇ ਵੱਖਰੇ ਵੱਖਰੇ ਕਿਉਂ ਦਿੱਤੇ ਗਏ, ਇਸ ਬਾਰੇ ਤੁਹਾਡੇ ਤੋਂ ਜਾਣਕਾਰੀ ਲੈਣੀ ਹੈ ਛੋਟੀ ਜੀ ਬ੍ਰੇਕ ਤੋਂ ਬਾਅਦ ਜੀ। ਠੀਕ ਹੈ ਜੀ। ਕੈਸਕੇਡ ਇੰਸ਼ੋਰੈਂਸ ਇੱਕ ਵਨ ਸਟਾਪ ਇੰਸ਼ੋਰੈਂਸ ਏਜੰਸੀ ਹੈ ਜਿੱਥੇ ਤੁਹਾਨੂੰ ਆਟੋ ਇੰਸ਼ੋਰੈਂਸ ਤੋਂ ਇਲਾਵਾ ਹਰ ਪ੍ਰਕਾਰ ਦੀ ਇੰਸ਼ੋਰੈਂਸ ਮਿਲ ਸਕਦੀ ਹੈ। ਬਰਨਬੀ, ਲੈਂਗਲੀ, ਸਰੀ ਅਤੇ ਐਬਲਸਫੋਰਡ ਦੀਆਂ ਬ੍ਰਾਂਚਿਸ ਵਿੱਚ ਤੁਹਾਨੂੰ ਪਰਸਨਲਾਈਜ਼ ਸਰਵਿਸ ਦਿੱਤੀ ਜਾਂਦੀ ਹੈ। ਕਿਸੇ ਵੀ ਬ੍ਰਾਂਚ ਵਿੱਚ ਆ ਕੇ ਇਹਨਾਂ ਦੀਆਂ ਸੇਵਾਵਾਂ ਦਾ ਫਾਇਦਾ ਜ਼ਰੂਰ ਲਓ। ਸਾਡੀ ਫੈਮਿਲੀ ਤੁਹਾਡੀ ਫੈਮਿਲੀ ਨੂੰ ਇਨਵਾਈਟ ਕਰਦੀ ਹੈ। ਸਾਨੂੰ ਇੱਕ ਮੌਕਾ ਦਿਓ, ਯੂ ਵਿਲ ਫੀਲ ਦ ਡਿਫਰੈਂਸ। ਹੋਰ ਜਾਣਕਾਰੀ ਲਈ 604-430-5533 ਤੇ ਫੋਨ ਕਰੋ। ਸੋ ਸਵਾਗਤ ਹੈ ਜੀ ਇੱਕ ਵਾਰ ਫਿਰ ਆਪ ਸਭ ਦਾ। ਜਿਹੜੀ ਅਸੀਂ ਵਿਸ਼ੇ ਦੇ ਉੱਤੇ ਗੱਲਬਾਤ ਕਰ ਰਹੇ ਹਾਂ ਉਸਦਾ ਅਗੇਨ ਮੁੱਖ ਮਕਸਦ ਇਹੀ ਹੈ ਕਿ ਅਸੀਂ ਆਪਣੇ ਗੁਰੂ ਸਾਹਿਬਾਨ ਦੇ ਜੀਵਨ ਵਿੱਚੋਂ ਉਹਨਾਂ ਦੇ ਜੀਵਨ ਵਿੱਚ ਜੋ ਕੁਝ ਉਹਨਾਂ ਦਾ ਯੋਗਦਾਨ ਹੈ ਉਸ ਤੋਂ ਕੁਝ ਸੇਧ ਲੈ ਸਕੀਏ ਅਤੇ ਆਪਣੇ ਜੀਵਨ ਵਿੱਚ ਵੀ ਉਹੀ ਰੋਸ਼ਨੀ ਲਿਆ ਸਕੀਏ ਜਿਹੜੀ ਕਿ ਗੁਰੂ ਸਾਹਿਬ ਨੇ ਸਾਨੂੰ ਬਾਣੀ ਵਿੱਚ ਦਿੱਤੀ ਹੈ। ਬ੍ਰੇਕ ਤੋਂ ਪਹਿਲਾਂ ਗਿਆਨੀ ਸਵਰਨ ਸਿੰਘ ਜੀ ਸਾਨੂੰ ਦੱਸਣ ਜਾ ਰਹੇ ਸਨ ਕਿ ਪੰਜ ਸਰੋਵਰ ਜਿਹੜੇ ਸਥਾਪਿਤ ਕੀਤੇ ਗਏ ਅੰਮ੍ਰਿਤਸਰ ਸਾਹਿਬ ਵਿੱਚ ਉਹਨਾਂ ਦਾ ਨਾਂ ਕੀ ਸਨ ਅਤੇ ਕਿਉਂ ਸਥਾਪਿਤ ਕੀਤੇ ਗਏ, ਆਓ ਇਸ ਬਾਰੇ ਕੁਝ ਜਾਣਕਾਰੀ ਲੈਂਦੇ ਹਾਂ ਜੀ। ਗਿਆਨੀ ਜੀ, ਪੰਜ ਸਰੋਵਰ ਜਿਹੜਾ ਕਿ ਮਨੁੱਖਤਾ ਦੇ ਵਾਸਤੇ ਇੱਕ ਰਮਜ਼ੀ ਮੈਸੇਜ ਹੈਗਾ। ਪਹਿਲਾ ਸਰੋਵਰ ਹੈ ਰਾਮਸਰ ਜੀ। ਔਰ ਇਹ ਇਨਸਾਨ ਜੇ ਤੂੰ ਆਪਣੀ ਜ਼ਿੰਦਗੀ ਨੂੰ ਵੇਖੇ ਤਾਂ ਤੇਰੇ ਅੰਦਰ ਵੀ ਰਾਮਸਰ ਮੌਜੂਦ ਹੈ। ਠੀਕ, ਕਿਉਂਕਿ ਤੂੰ ਰਾਮ ਦੀ ਅੰਸ਼ ਹੈ। ਠੀਕ, ਇਸ ਕਰਕੇ ਤੂੰ ਰਾਮਸਰ ਦੇ ਵਿੱਚ ਜਾ ਕੇ ਬੈਠ। ਜਦੋਂ ਰਾਮਸਰ ਦੇ ਵਿੱਚ ਜਾ ਕੇ ਬੈਠੇਗਾ ਜੀ, ਪ੍ਰਭੂ ਦੀ ਭਗਤੀ ਕਰੇਗਾ, ਸਿਮਰਨ ਕਰੇਗਾ, ਸੇਵਾ ਕਰੇਗਾ, ਸਤਸੰਗ ਕਰੇਗਾ ਤੇ ਰਾਮਸਰ ਦੇ ਵਿੱਚ ਰਹਿ ਕੇ ਉਸ ਰਾਮ ਨਾਲ ਜੁੜ ਜਾਏਗਾ, ਉਹਦੇ ਵਿੱਚ ਇਸ਼ਨਾਨ ਕਰੇਗਾ, ਭਾਵ ਕਿ ਤੁਹਾਡਾ ਮਨ ਜਿਹੜਾ ਰਾਮ ਦੇ ਸਮੁੰਦਰ ਵਿੱਚ ਰੱਬ ਦੇ ਨਾਮ ਵਿੱਚ ਇਸ਼ਨਾਨ ਕਰੇ। ਠੀਕ, ਤੇ ਕਰਨ ਤੋਂ ਬਾਅਦ ਕੀ ਹੋਏਗਾ? ਕਰਨ ਤੋਂ ਬਾਅਦ ਤੈਨੂੰ ਕੁਝ ਪ੍ਰਾਪਤੀ ਹੋਵੇਗੀ, ਅਚੀਵਮੈਂਟ ਹੋਏਗੀ। ਸਭ ਤੋਂ ਪਹਿਲਾਂ ਤੇਰੇ ਅੰਦਰ ਸੰਤੋਖ ਆਵੇਗਾ। ਠੀਕ, ਇਸ ਕਰਕੇ ਗੁਰੂ ਸਾਹਿਬ ਜੀ ਨੇ ਉੱਥੇ ਇੱਕ ਸੰਤੋਖ ਸਰ ਵੀ ਇੱਕ ਬਹੁਤ ਸਰੋਵਰ ਵੱਡਾ ਬਣਾਇਆ ਕਿ ਰਾਮ ਸਰ ਵਿੱਚ ਇਸ਼ਨਾਨ ਕਰਨ ਵਾਲਾ ਮਨ ਸੰਤੋਖ ਵਿੱਚ ਆ ਜਾਂਦਾ। ਠੀਕ, ਸੰਤੋਖ ਸਰ ਵਿੱਚ ਉਹਦਾ ਮਨ ਫਿਰ ਇਸ਼ਨਾਨ ਕਰਦਾ, ਸੰਤੋਖੀ ਹੋ ਜਾਂਦਾ, ਭਾਵ ਕਿ ਵੀ ਬੇਸਬਰਾ ਨਹੀਂ ਰਹਿੰਦਾ, ਉਹਨੂੰ ਸਬਰ ਆ ਜਾਂਦਾ। ਯਾਦ ਰੱਖੋ, ਸਤਿਯੁਗ ਰਤ ਸੰਤੋਖ ਕਾ ਧਰਮ ਗਿਰਤ ਵਾਓ। ਜਿਸ ਮਨੁੱਖ ਦੇ ਅੰਦਰ ਸੰਤੋਖ ਹੈ ਉਹ ਸੱਚਮੁੱਚ ਹੀ ਇੱਕ ਸਤਿਯੁਗ ਵਿੱਚ ਵਸਦਾ ਹੈ। ਠੀਕ, ਇਹ ਸਿੱਖਾ ਅਤੇ ਤੂੰ ਜਦੋਂ ਸਬਰ ਵਿੱਚ ਆ ਜਾਏਗਾ ਤਾਂ ਫਿਰ ਤੇਰੀ ਜ਼ਿੰਦਗੀ ਜਿਹੜੀ ਆ ਨਾ ਇੱਕ ਸ਼ਾਂਤਮਈ ਬਤੀਤ ਹੋਵੇਗੀ। ਠੀਕ, ਉਸ ਤੋਂ ਬਾਅਦ ਵਿਵੇਕ ਸਰ ਕਿ ਰਾਮ ਸਰ ਵਿੱਚ ਇਸ਼ਨਾਨ ਕਰਦੇ ਨਾਲ ਤੁਹਾਡੇ ਅੰਦਰ ਵਿਵੇਕ ਬੁੱਧੀ ਪੈਦਾ ਹੁੰਦੀ। ਠੀਕ, ਜਿਸ ਤਰ੍ਹਾਂ ਤੁਸੀਂ ਵੀ ਸਵਾਲ ਕੀਤਾ ਕਿ ਲੋਕ ਕਿਉਂ ਨਹੀਂ ਸਹੀ ਰਸਤੇ 'ਤੇ ਤੁਰਦੇ, ਕਿਉਂਕਿ ਲੋਕਾਂ ਦੇ ਅੰਦਰ ਵਿਵੇਕ ਬੁੱਧੀ ਨਹੀਂ ਆ ਰਹੀ। ਰਾਈਟ, ਵਿਵੇਕ ਬੁੱਧੀ ਕੀ ਹੁੰਦੀ ਆ? ਬੁਰੇ ਅਤੇ ਭਲੇ ਦੀ ਪਛਾਣ। ਰਾਈਟ, ਮੂਰਖਤਾ ਅਤੇ ਸਿਆਣਪ ਦੇ ਵਿੱਚ ਫਰਕ, ਕਿਉਂਕਿ ਸਤਿਗੁਰੂ ਜੀ ਨੇ ਆਖਿਆ ਪਾਠ ਪੜ੍ਹਿਓ ਔਰ ਭੇਦ ਵਿਚਾਰਿਓ, ਨਿਵਲ ਭੁਆਂਗੋ ਸਾਦੇ, ਪੰਚ ਜਨਾ ਸਿਉ ਸੰਗ ਨਾਲ ਛੁਟਕਿਓ, ਅਧਿਕ ਹੋਮਦ ਵਾਧੇ, ਪਿਆਰੇ ਇਨ ਵਿਦ ਬਿਲ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਰ ਪੁਰੇ ਸਵਾਮੀ ਕੇ ਦੁਆਰੇ ਦੀਜੇ ਬੁੱਧ ਵਿਵੇਕਾ। ਵਿਵੇਕਾ, ਵਿਵੇਕ ਬੁੱਧੀ ਜਿਹੜੀ ਨਾ ਇਹ ਸਿੱਖ ਦੇ ਜੀਵਨ ਦਾ ਅੰਸ਼ ਹੈ। ਮੈਂ ਵੀਰੋ ਅਤੇ ਭੈਣੋ ਸਾਰ ਸੰਗਤ ਬੇਨਤੀ ਕਰਦਾ ਕਿ ਤੁਹਾਡੇ ਅੰਦਰ ਵਿਵੇਕ ਬੁੱਧੀ ਆਈ? ਜੇ ਵਿਵੇਕ ਬੁੱਧੀ ਆਈ ਹੋਵੇ ਉਹਦੀ ਨਿਸ਼ਾਨੀ ਕੀ ਹੈ? ਕਿ ਤੁਹਾਡਾ ਜੀਵਨ ਸਾਦਾ ਹੋਵੇਗਾ ਅਤੇ ਤੁਹਾਡੇ ਸਿੰਪਲ ਲਿਵਿੰਗ ਐਂਡ ਹਾਈ ਥਿੰਕਿੰਗ ਹੋਵੇਗੀ। ਜੇ ਵਿਵੇਕ ਬੁੱਧੀ ਆਈ ਹੋਵੇ
ਤਾਂ ਵਿਆਹਾਂ ਦੇ ਉੱਤੇ ਤੁਸੀਂ ਸ਼ਰਾਬ ਨਾ ਪੜਾਵੋ ਕਿਸੇ ਨੂੰ, ਜੇ ਬੇਕਬੁੱਧੀ ਆਈ ਹੋਵੇ ਬੇਲੋੜਾ ਕੱਪੜਾ ਨਾ ਖਰੀਦੋਗੇ, ਜੇ ਬੇਕਬੁੱਧੀ ਆਈ ਹੋਵੇ ਤੁਸੀਂ ਰੱਖੜੀ ਨਾ ਬੰਨੋਗੇ, ਜੇ ਬੇਕਬੁੱਧੀ ਆਈ ਹੋਵੇ ਤਾਂ ਮੁੰਡੇ ਦੀ ਲੋਹੜੀ ਨਾ ਬਣਾਓਗੇ, ਜੇ ਬੇਕਬੁੱਧੀ ਆਈ ਹੋਵੇਗੀ ਤਾਂ ਇਸਤਰੀ ਜਾਤੀ ਨੂੰ ਉਹਦਾ ਗਲਾ ਨਹੀਂ ਕੁੱਟੋਗੇ, ਜੇ ਬੇਕਬੁੱਧੀ ਆਈ ਹੋਵੇ ਤਾਂ ਤੁਸੀਂ ਖੁਦਕਸ਼ੀਆਂ ਨਹੀਂ ਕਰੋਗੇ, ਜੇ ਬੇਕਬੁੱਧੀ ਆਈ ਹੋਵੇ ਤਾਂ ਤੁਸੀਂ ਕਿਸੇ ਦਾ ਕਤਲ ਨਹੀਂ ਕਰੋਗੇ, ਜੇ ਬੇਕਬੁੱਧੀ ਆਈ ਹੋਵੇ ਤਾਂ ਮਨੁੱਖਤਾ ਨਾਲ ਪਿਆਰ ਕਰੋਗੇ, ਜੇ ਬੇਕਬੁੱਧੀ ਆਈ ਹੋਵੇ ਤਾਂ ਤੁਸੀਂ ਕਿਸੇ ਨਾਲ ਨਫ਼ਰਤ ਨਹੀਂ ਕਰੋਗੇ। ਸੋ ਇਸ ਕਰਕੇ ਬਿਵੇਕ ਸਰ ਜਿਹੜਾ ਸਤਿਗੁਰੂ ਜੀ ਨੇ ਬਣਾਇਆ ਕਿ ਹਰ ਸਿੱਖ ਰਾਮ ਦੀ ਭਗਤੀ ਕਰਕੇ, ਪ੍ਰਭੂ ਦੀ ਭਗਤੀ ਕਰਕੇ ਬਿਵੇਕ ਬੁੱਧੀ ਪ੍ਰਾਪਤ ਕਰਦਾ ਹੈ। ਔਰ ਫਿਰ ਕੌਲ ਸਰ, ਕੌਲ ਸਰ ਹੁੰਦਾ ਜਿਹਦਾ ਕੌਲ ਦਾ ਫੁੱਲ ਹੈ, ਜਿਸ ਨੂੰ ਕਮਲ ਦਾ ਫੁੱਲ ਆਖਦੇ ਹਾਂ, ਉਹ ਪਾਣੀ ਵਿੱਚ ਰਹਿੰਦਾ ਭਾਵ ਕਿ ਗਾਰੇ ਵਿੱਚ ਰਹਿੰਦਾ, ਲੇਕਿਨ ਉਸਦਾ ਫੁੱਲ ਜਿਹੜਾ ਬਾਹਰ ਖਿੜਿਆ ਹੁੰਦਾ ਉਹ ਬਾਹਰ ਹੁੰਦਾ, ਸੂਰਜ ਬਲਾਂ ਦਾ ਧਿਆਨ ਹੁੰਦਾ। ਭਾਵ ਇਹ ਸਿੱਖਾ, ਤੂੰ ਪਰਿਵਾਰ ਵਿੱਚ ਰਹਿੰਦਾ ਹੋਇਆ ਕੌਲ ਫੁੱਲ ਮੰਗਰ ਖਿੜਿਆ ਰਹੋ, ਪਰ ਤਾਂ ਹੀ ਖਿੜੇਗਾ ਜੇ ਤੇਰੇ ਅੰਦਰ ਰਾਮ ਦੀ ਸ਼ਕਤੀ ਮੌਜੂਦ ਹੈ। ਮੇਰੇ ਗੁਰੂ ਦੇ ਸਿੱਖੋ, ਮੇਰੀਓ ਭੈਣੋ, ਮੇਰੇ ਵੀਰੋ, ਇਹ ਗੱਲ ਮੈਂ ਤੁਹਾਨੂੰ ਹੁਣ ਬੇਨਤੀ ਕਰਦਾ, ਤੁਹਾਡਾ ਮਨ ਕੌਲ ਮੰਗਰ ਖਿੜਿਆ ਹੋਵੇ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼, ਜਦੋਂ ਕੌਲ ਮੰਗਰ ਖਿੜਿਆ ਹੋਵੇਗਾ ਤਾਂ ਫਿਰ ਤੁਸੀਂ ਇਹੋ ਜਿਹੇ ਊਧਮ ਨਾ ਮਚਾਵੋਗੇ, ਇਹੋ ਜਿਹਾ ਡਰੱਗਾਂ ਵਿੱਚ ਨਹੀਂ ਫਸੋਗੇ, ਤੁਹਾਡੇ ਮਨ ਵਿੱਚ ਸ਼ਾਂਤੀ ਹੋਵੇਗੀ, ਤੁਹਾਨੂੰ ਬਾਹਰ ਬਾਜ਼ਾਰਾਂ ਵਿੱਚ ਤੁਹਾਨੂੰ ਧੱਕੇ ਖਾਣ ਦੀ ਲੋੜ ਨਹੀਂ, ਅਵਾਰਾਗਰਦੀ ਕਰਨ ਦੀ ਲੋੜ ਨਹੀਂ, ਟਿਕ ਕੇ ਬੈਠ ਜਾਵੋਗੇ, ਫਿਰ ਤੁਸੀਂ ਆਪਣੀਆਂ ਵਿਆਹਾਂ ਸ਼ਾਦੀਆਂ ਵਿੱਚ ਲਚਰਪਣਾ ਨਹੀਂ ਕਰੋਗੇ, ਫਿਰ ਉੱਥੇ ਬੰਦੂਕਾਂ ਨਹੀਂ ਚਲਾਵੋਗੇ, ਬਲਕਿ ਉੱਥੇ ਤੁਸੀਂ ਬਾਣੀ ਪੜੋਗੇ। ਇਹ ਤਾਂ ਹੀ ਹੋਵੇਗਾ ਜੇ ਤੁਸੀਂ ਇਹ ਸਾਰੇ ਗੁਣਾਂ ਦੇ ਧਾਰਨੇ ਹੋ ਗਏ। ਔਰ ਅਖੀਰਲਾ ਗੁਣ ਕੀ ਹੈ, ਜਿਹਦੇ ਅੰਦਰ ਚਾਰ ਗੁਣ ਵੀਰ ਜੀ ਆ ਗਏ, ਕੌਲ ਸਰ, ਜਿਹਦੇ ਅੰਦਰ ਸੰਤੋਖ ਆ ਗਿਆ, ਜਿਹਦੇ ਅੰਦਰ ਵਿਵੇਕ ਬੁੱਧੀ ਆ ਗਈ, ਜਿਹਦੇ ਅੰਦਰ ਕੌਲ ਮੰਗਰ ਅੰਦਰ ਖਿੜ ਗਿਆ, ਉਹ ਸੱਚਮੁੱਚ ਹੀ ਉਹਨਾਂ ਦੇ ਅੰਦਰ ਇੱਕ ਅੰਮ੍ਰਿਤ ਦਾ ਸਰ ਉਹਨਾਂ ਦੇ ਅੰਦਰ ਪ੍ਰਵੇਸ਼ ਕਰ ਗਿਆ। ਅਤੇ ਆਖਿਰਕਾਰ ਅਸੀਂ ਅੰਮ੍ਰਿਤ ਆਪਣੇ ਅੰਦਰ ਪੈਦਾ ਕਰਨਾ, ਸਭ ਕੁਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਪਰਮ ਭੁਲਾਈ। ਦੂਜੀ ਗੱਲ ਕਿ ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ, ਔਰ ਫਿਰ ਸੁਰ ਨਾਲ ਮੁੜ ਜਾਣ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਕਿਰਪਾ ਕਹਿੰਦੇ, ਸੱਚਾ ਮਨ ਵਸਾ, ਇਹ ਅੰਮ੍ਰਿਤ ਹੈ, ਤੁਹਾਡਾ ਸੱਚਾ ਵਾਹਿਗੁਰੂ ਤੁਹਾਡੇ ਅੰਦਰ ਵਸ ਜਾਵੇ। ਸੋ ਇਹਨਾਂ ਸਾਰੀਆਂ ਚੀਜ਼ਾਂ ਦੀ ਪ੍ਰਾਪਤੀ ਲਈ ਵੀ ਹੈਵ ਟੂ ਟੇਕ ਸਮ ਸਟੈਪਸ, ਰਾਈਟ, ਔਰ ਦੋ ਸਟੈਪਸ ਆਰ ਵੈਰੀ ਇੰਪੋਰਟੈਂਟ, ਔਰ ਉਹਨਾਂ ਸਟੈਪਸ ਦੇ ਵਿੱਚ ਪਹਿਲਾਂ ਅਸੀਂ ਸੇਵਾ ਕਰਨੀ ਹੈ, ਸੇਵਾ ਮਨੁੱਖਤਾ ਦੀ ਕਰਨੀ ਸਿੱਖਣੀ, ਫਿਰ ਸਿਮਰਨ ਕਰਨਾ, ਫਿਰ ਸਤਸੰਗ ਕਰਨਾ, ਇਹ ਤਿੰਨ ਸਟੈਪ ਅਸੀਂ ਲੈ ਕੇ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣਾ ਸ਼ੁਰੂ ਕਰ ਦਈਏ। ਦੁਨਿਆਵੀ ਲੋੜਾਂ ਨੂੰ ਮੁੱਖ ਰੱਖ ਕੇ ਧਰਮ ਨਹੀਂ ਗ੍ਰਹਿਣ ਕਰਨਾ, ਠੀਕ, ਮਨੁੱਖ ਇਸ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਰੂਹਾਨੀਅਤ ਆਪਣੇ ਅੰਦਰ ਬਿਰਤੀ ਪੈਦਾ ਕਰਨੀ, ਆਤਮਕ ਜੀਵਨ ਬਤੀਤ ਕਰਨਾ, ਸੰਤਾਂ ਵਰਗਾ ਜੀਵਨ ਬਤੀਤ ਕਰਨਾ, ਇਹ ਸਾਡਾ ਧਰਮ ਦਾ ਮੁੱਖ ਆਦਰਸ਼ ਹੋਵੇ, ਤਾਂ ਫਿਰ ਸਾਡਾ ਜੀਵਨ ਜਿਹੜਾ ਬੜਾ ਵਧੀਆ ਬਦਲ ਕੇ ਲੋਕਾਂ ਲਈ ਰੋਲ ਮਾਡਲ ਵੀ ਬਣ ਸਕਦਾ ਹੈ। ਸੋ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਸ ਵੱਡੇ ਮਹਾਨ ਕੰਮ ਲਈ, ਇਹ ਜਿਹੜਾ ਇੱਕ ਬਹੁਤ ਵੱਡਾ ਮਹਾਨ ਕੰਮ ਸ਼ੁਰੂ ਕੀਤਾ, ਉਹ ਸੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨੀ। ਰਾਈਟ, ਉਹਨਾਂ ਨੇ ਗੁਰਬਾਣੀ ਲੈ ਕੇ ਸਾਰੇ ਗੁਰੂ ਸਾਹਿਬਾਨ ਦੀ ਗੁਰਬਾਣੀ ਦੀ ਰਚਨਾ ਉਹਨਾਂ ਨੇ ਲਿਖੀ, ਭਾਈ ਗੁਰਦਾਸ ਜੀ ਨੂੰ ਲਿਖਾਰੀ ਬਣਾ ਲਿਆ, ਰਾਈਟ, ਬਾਬੇ ਬੁੱਢੇ ਜੀ ਨੂੰ ਉੱਥੇ ਦਰਬਾਰ ਸਾਹਿਬ ਬਿਠਾਲਤਾ ਹਰਿਮੰਦਰ ਸਾਹਿਬ ਦੇਖਭਾਲ ਕਰਨ ਲਈ ਸਾਰਾ ਪ੍ਰਬੰਧ ਕਰ ਲਈ, ਅਤੇ ਆਪ ਉੱਥੇ ਇਕਾਂਤ ਜਗ੍ਹਾ 'ਤੇ ਬੈਠ ਕੇ ਇਹ ਕੰਮ ਸ਼ੁਰੂ ਕਰ ਲਿਆ। ਠੀਕ, ਹੁਣ ਭਾਈ ਗੁਰਦਾਸ ਜੀ ਉਹਨਾਂ ਦੇ ਮਾਮੇ ਲੱਗਦੇ ਸੀ ਰਿਸ਼ਤੇਦਾਰੀ ਵਿੱਚੋਂ, ਉਹਨਾਂ ਨੂੰ ਇਹ ਕੰਮ ਦਿੱਤਾ ਕਿ ਤੁਸੀਂ ਇਹ ਲਿਖਣਾ ਸ਼ੁਰੂ ਕੀਤੋ, ਔਰ ਤਰਤੀਬ ਕੀਤੀ ਸ਼ੁਰੂ ਜੀ। ਸੋ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਲਿਖਤ ਨੂੰ ਵੇਖਦੇ ਹਾਂ, ਤਰਤੀਬ ਨੂੰ ਵੇਖਦੇ ਹਾਂ, ਅਤੇ ਸਾਨੂੰ ਬਹੁਤ ਵੱਡੀ ਹੈਰਾਨੀ ਵੀ ਹੁੰਦੀ ਹੈ ਜੀ, ਅਤੇ ਬਹੁਤ ਵੱਡਾ ਖੁਸ਼ੀ ਵੀ ਹੁੰਦੀ ਆ। ਖੁਸ਼ੀ ਇਸ ਕਰਕੇ ਹੁੰਦੀ ਆ ਕਿ ਜਦ ਵੀ ਮੈਂ ਇੱਕ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ 'ਚ ਬੈਠਦਾ, ਰੁਮਾਲਾ ਚੁੱਕ ਕੇ ਜਦੋਂ ਮੈਂ ਸ਼ਬਦ ਕੋਈ ਪੜ੍ਹਦਾ ਹਾਂ, ਅਤੇ ਮੈਂ ਸਭ ਤੋਂ ਪਹਿਲਾਂ ਇਹ ਸੋਚਦਾ ਹਾਂ ਕਿ ਮੈਂ ਇਸ ਸਾਰੇ ਸਾਗਰ ਦਾ ਇੱਕ ਹਿੱਸਾ ਬਣ ਗਿਆ ਹਾਂ, ਠੀਕ, ਔਰ ਮੈਂ ਸਾਗਰ ਵਿੱਚ ਮੱਛੀ ਦੀ ਤਰ੍ਹਾਂ ਤਾਰੀਆਂ ਲਾ ਰਿਹਾ, ਔਰ ਤੁਹਾਡਾ ਮਨ ਮੱਛੀ ਦੀ ਤਰ੍ਹਾਂ ਜਿਸ ਤਰ੍ਹਾਂ ਮੱਛੀ ਪਾਣੀ ਵਿੱਚ ਆ ਕੇ ਉਹ ਬੜੀ ਟੱਪਦੀ ਆ, ਨੱਚਦੀ ਆ, ਖੁਸ਼ੀ ਮਹਿਸੂਸ ਕਰਦੀ ਆ, ਸਾਡਾ ਮਨ ਵੀ ਮੱਛੀ ਦੀ ਤਰ੍ਹਾਂ ਪਾਣੀ ਵਿੱਚ ਆ ਕੇ ਮੱਛੀ ਦੀ ਤਰ੍ਹਾਂ ਬੜਾ ਪ੍ਰਸੰਨਤ, ਕਿਉਂਕਿ ਮੱਛੀ ਨੂੰ ਪਾਣੀ ਤੋਂ ਜੀਵਨ ਮਿਲਦਾ ਹੈ। ਇਹ ਸਿੱਖਾ,
ਜਿੱਦਾਂ ਮੱਛੀ ਨੂੰ ਪਾਣੀ ਤੋਂ ਜੀਵਨ ਮਿਲਦਾ ਹੈ, ਇਸ ਤਰ੍ਹਾਂ ਤੈਨੂੰ ਬਾਣੀ ਤੋਂ ਜੀਵਨ ਮਿਲਦਾ ਹੈ। ਠੀਕ। ਅਤੇ ਬਾਣੀ ਤੋਂ ਬਗੈਰ ਸਿੱਖ ਮੱਛੀ ਦੀ ਤਰ੍ਹਾਂ ਤੜਫ ਤੜਫ ਕੇ ਮਰ ਜਾਏਗਾ। ਔਰ ਅੱਜ ਵੀ ਅਸੀਂ ਆਤਮਿਕ ਤੌਰ 'ਤੇ ਜੇ ਅਸੀਂ ਨਹੀਂ ਜਿਉਂਦੇ ਤਾਂ ਅਸੀਂ ਸੰਸਾਰਕ ਤੌਰ 'ਤੇ ਬੁਰੀ ਤਰ੍ਹਾਂ ਮੌਤ ਮਰ ਰਹੇ ਹਾਂ। ਰਾਈਟ। ਸੋ ਇਸ ਕਰਕੇ ਇਸ ਮੌਤ ਤੋਂ ਬਚਣ ਲਈ ਗੁਰੂ ਦੇ ਸਿੱਖੋ ਆਓ, ਇਸ ਨਾਮ ਰੂਪੀ ਜਲ ਵਿੱਚ ਆ ਕੇ ਤਾਰੀਆਂ ਲਾਓ ਤਾਂ ਕਿ ਤੁਹਾਨੂੰ ਜੀਵਨ ਮਿਲ ਸਕੇ ਔਰ ਆਤਮਿਕ ਜੀਵਨ ਤੁਸੀਂ ਬਤੀਤ ਕਰਕੇ ਤੁਹਾਡੇ ਅੰਦਰ ਗੁਰਮਤ ਦੇ ਗੁਣ ਆਉਣੇ ਸ਼ੁਰੂ ਹੋ ਜਾਣ। ਅਸਲੀ ਸਹੀ ਮਾਨੇ 'ਚ ਸਹੀ ਇਨਸਾਨ ਬਣ ਕੇ ਦੁਨੀਆ ਵਾਸਤੇ ਇੱਕ ਮਿਸਾਲ ਬਣ ਸਕੋ। ਬਿਲਕੁਲ ਜੀ, ਉਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਤੱਕ ਅਸੀਂ ਪਹੁੰਚ ਚੁੱਕੇ ਹਾਂ। ਹੁਣ ਇਸ ਤੋਂ ਬਾਅਦ ਅਸੀਂ ਵਿਸਥਾਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਵੀ ਗੱਲਬਾਤ ਕਰਾਂਗੇ, ਪਰ ਥੋੜ੍ਹਾ ਜਿਹਾ ਗਿਆਨੀ ਜੀ ਸਾਨੂੰ ਦੱਸਦੇ ਜਾਓ ਕਿ ਜਿਹੜਾ ਇਹ ਹੁਣ ਅੰਕਿਤ ਕਰਨਾ ਸ਼ੁਰੂ ਕਰ ਦਿੱਤਾ, ਗੁਰੂ ਸਾਹਿਬ ਨੇ ਸਾਰਾ ਇਕੱਠਾ ਕਰਨਾ ਸ਼ੁਰੂ ਕੀਤਾ, ਕਿਉਂਕਿ ਕਿਹਾ ਜਾਂਦਾ ਹੈ ਕਿ ਜੀ ਇਹ ਵੱਖਰੀ ਵੱਖਰੀ ਥਾਵਾਂ 'ਤੇ ਬਾਣੀ ਜਿਹੜੀ ਪਈ ਹੋਈ ਸੀ ਉਸ ਬਾਰੇ ਵੀ ਚਰਚਾ ਹੁੰਦੀ ਹੈਗੀ ਹੈ, ਅਤੇ ਆਉਣ ਵਾਲੇ ਪ੍ਰੋਗਰਾਮ ਅਸੀਂ ਵਿਸਥਾਰ ਵਿੱਚ ਫਿਰ ਇਹਨਾਂ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਕਿੰਨਾ ਕੁ ਸਮਾਂ ਜਿਹੜਾ ਹੈਗਾ ਸੀ ਲੱਗਿਆ ਸੀ ਸਭ ਕੁਛ ਇਹ ਅੰਕਿਤ ਕਰਨ ਨੂੰ, ਅਤੇ ਗੁਰੂ ਗ੍ਰੰਥ ਸਾਹਿਬ ਨੂੰ 1604 ਵਿੱਚ ਸਥਾਪਿਤ ਕੀਤਾ ਗਿਆ? ਦੇਖੋ ਜੀ, ਪੂਰਾ ਦਾ ਪੂਰਾ ਹੈ ਨਹੀਂ ਪਤਾ ਵੀ ਕਿੰਨਾ ਚਿਰ ਹੋਇਆ, ਕਿਉਂਕਿ ਰਿਕਾਰਡ ਇੱਦਾਂ ਦਾ ਹੈ। ਰਾਈਟ। ਪਰ ਫਿਰ ਵੀ ਵਾਹਵਾ ਸਮਾਂ ਲੱਗਿਆ, ਘੱਟੋ ਘੱਟ 8-9 ਸਾਲ 12 ਸਾਲ ਤੱਕ ਵੀ ਲੱਗੇ ਕਹਿੰਦੇ ਲੱਗ ਗਿਆ ਸੀ। ਰਾਈਟ। ਕਿਉਂਕਿ ਕੰਮ ਥੋੜ੍ਹਾ ਨਹੀਂ ਸੀ। ਬਿਲਕੁਲ। ਭਗਤਾਂ ਦੀ ਬਾਣੀ ਜਿਹੜੀ ਸੀ ਗੁਰੂ ਨਾਨਕ ਦੇਵ ਜੀ ਨੇ ਕਿੱਡਾ ਵੱਡਾ ਇੱਕ ਦਲਿਤ ਲੋਕਾਂ 'ਤੇ, ਜਿਹਨਾਂ ਵੀਰਾਂ ਨੂੰ ਮੈਂ ਫਿਰ ਬੇਨਤੀ ਕਰਾਂਗਾ, ਮੈਨੂੰ ਉਹ ਖੁਸ਼ੀ ਹੈ ਇਸ ਸਾਲ ਜਿਹੜੇ ਭਗਤ ਰਵਿਦਾਸ ਜੀ ਦੇ ਪੁਰਬ ਦੇ ਉੱਤੇ ਜਿਹੜਾ ਇਕੱਠ ਹੋਇਆ, ਪੰਜਾਂ ਪਿਆਰਿਆਂ ਨੂੰ ਮੂਹਰੇ ਖੜੇ ਕੀਤਾ ਜਾਂ ਨਗਰ ਕੀਰਤਨ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ, ਮੈਨੂੰ ਖੁਸ਼ੀ ਆ। ਪਰ ਸਾਨੂੰ ਇਹ ਸਮਝਣਾ ਚਾਹੀਦਾ ਕਿ ਦਲਿਤ ਲੋਕਾਂ ਦਾ ਅਗਰ ਹਾਈਲਾਈਟ, ਉਹਨਾਂ ਦਾ ਗਿਆਨ, ਉਹਨਾਂ ਦੇ ਭਗਤਾਂ ਦਾ ਗਿਆਨ, ਉਹਨੂੰ ਹਾਈਲਾਈਟ ਕਰਨ ਵਾਲੀ ਅਗਰ ਕੋਈ ਹਸਤੀ ਦੁਨੀਆਂ ਵਿੱਚ ਹੋਈ ਹੈ ਤਾਂ ਗੁਰੂ ਨਾਨਕ ਦੇਵ ਜੀ ਦੇ। ਉਹਨਾਂ ਦੀ ਬਾਣੀ ਆਪ ਜਾ ਕੇ ਉਹਨਾਂ ਇਲਾਕਿਆਂ 'ਚ ਗਏ ਜਿੱਥੇ ਬੜਾ ਖਤਰਾ ਮੁੱਲ ਲੈਣ ਵਾਲੀ ਗੱਲ ਸੀ, ਕਿਉਂਕਿ ਜਿੱਥੇ ਭਗਤ ਰਵਿਦਾਸ ਜੀ ਹੋਏ ਕੋਈ ਕਾਂਸ਼ੀ ਬਨਾਰਸ ਕੋਈ ਸੌਖੀ ਜਗ੍ਹਾ ਤਾਂ ਹੈ ਨਹੀਂ ਸੀ, ਬ੍ਰਾਹਮਣਵਾਦ ਦਾ ਜ਼ੋਰ ਸੀ। ਲੇਕਿਨ ਸਤਿਗੁਰੂ ਜੀ ਨੇ ਪਾਏ, ਜਿੰਨੇ ਵੀ ਮਹਾਨ ਆਪਣੇ ਭਗਤ ਹੋਏ ਨੇ ਉਹਨਾਂ ਸਾਰਿਆਂ ਦੀ ਬਾਣੀ ਉਹਨਾਂ ਨੇ ਇਕੱਠੀ ਕੀਤੀ, ਇਕੱਠੀ ਕਰਕੇ ਆਪਣੇ ਕੋਲ ਲਿਆਂਦੀ, ਉਹ ਫਿਰ ਗਾਹਾਂ 'ਤੇ ਗਾਹਾਂ ਸਪੁਰਦ ਹੁੰਦੀ। ਤੁਹਾਡਾ ਬਹੁਤ ਧੰਨਵਾਦ ਜੀ, ਸਾਡੇ ਤੱਕ ਇਹ ਗਿਆਨ ਲੈ ਕੇ ਆ ਕੇ ਸੰਗਤਾਂ ਤੱਕ ਪਹੁੰਚਾਉਣ ਲਈ, ਦਰਸ਼ਕਾਂ ਤੱਕ ਪਹੁੰਚਾਉਣ ਲਈ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਫੀਡਬੈਕ ਜ਼ਰੂਰ ਦੇਣਾ 604-603-7755 ਜਾਂ ਫਿਰ ਈਮੇਲ ਜ਼ਰੀਏ ਵੀ ਸੰਪਰਕ ਕਰ ਸਕਦੇ ਹੋ, harpreetsingshow@gmail.com। ਜੇਕਰ ਤੁਸੀਂ ਪਿਛਲੇ ਐਪੀਸੋਡਸ ਨੂੰ ਦੇਖਣਾ ਚਾਹੁੰਦੇ ਹੋ ਤਾਂ ਉਸ ਵਾਸਤੇ ਤੁਸੀਂ youtube.com/harpreetsingshow ਤੇ ਕੇ ਜਾ ਸਕਦੇ ਹੋ। ਨਾਲ ਹੀ ਗਿਆਨੀ ਜੀ ਸਵਰਨ ਸਿੰਘ ਜੀ ਨਾਲ ਗੱਲਬਾਤ ਕਰਨੀ ਹੋਏ ਤਾਂ ਡਾਇਰੈਕਟਲੀ ਤੁਸੀਂ ਇਹਨਾਂ ਨੂੰ ਫੋਨ ਵੀ ਕਰ ਸਕਦੇ ਹੋ। ਇੱਥੇ ਹੀ ਕਰਦੇ ਹਾਂ ਪ੍ਰੋਗਰਾਮ ਦੀ ਸਮਾਪਤੀ, ਫਿਰ ਮੁਲਾਕਾਤ ਹੋਏਗੀ, ਤਦ ਤੱਕ ਗੁੱਡ ਬਾਏ।